ਮੈਂ ਵਲੌਗ ਬਣਾ ਰਿਹਾ, ਵਲੌਗ ਦੱਸ ਰਿਹਾ, ਭੈਣ ਬਾਹਰ ਆ, ਤੇਰਾ ਡੈਡੀ ਇੱਥੇ ਆਈ ਆ, ਗੱਲ ਸੁਣੋ ਇੱਧਰ ਪਹਿਲਾਂ ਨਹੀਂ ਘਰੋਂ ਹੀ ਪਾਇਆ ਕੱਲ ਕੱਲ ਇਹਨੇ ਘਰੋਂ ਪਾਇਆ ਤੇ ਕਿੰਨੀ ਜੋ ਦੇਰ। ਹਾਂਜੀ ਸਤਿ ਸ੍ਰੀ ਅਕਾਲ ਸਾਰੇ ਲੋਕ ਜੀ, ਸਵਾਗਤ ਹੈ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ। ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਬਾਕੀ ਕਮੈਂਟ ਕਰਕੇ ਦੱਸੋਗੇ ਵਲੌਗ ਕਿਵੇਂ ਲੱਗਦਾ ਵਾ ਤੇ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ, ਜਿਹਨੇ ਜਿਹਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਗਾ। ਸੋ ਹੁਣ ਫਿਰ ਵਲੌਗ ਪਾਉਣੇ ਸ਼ੁਰੂ ਕਰਦੇ ਆਪਾਂ। ਸੋ ਅੱਜ ਦਾ ਵਲੌਗ ਆਪਾਂ, ਸੋ ਅੱਜ ਚੱਲੇ ਹਾਂ ਮੈਂ, ਮੰਮੀ ਅਤੇ ਵੱਡਾ ਸਾਡਾ ਭਰਾ। ਤੁਹਾਨੂੰ ਪਤਾ ਭਰਾ ਦਾ ਐਕਸੀਡੈਂਟ ਹੋਇਆ ਸੀਗਾ ਨਾ, ਚਲੋ ਹੁਣ ਮਾੜਾ ਮਾੜਾ ਲੈ ਜਾਈਦਾ ਵਾ, ਗੱਡੀ ਭਾਗ ਲੈ ਜਾਈਦਾ। ਸੋ ਰੱਖੜੀ ਬਣਾਉਣ ਚੱਲੇ ਗਏ ਅਸੀਂ, ਚਲੋ ਗੱਡੀਆਂ ਦਿੱਤੀਆਂ ਧੋ ਦੋਵੇਂ ਆਪਾਂ, ਲੈ ਗਿਆ ਭਾਵਾਂ ਕਰ ਲਈ ਜਾਣੀ ਆ, ਪਰ ਧੋ ਆਪਾਂ ਵੀ ਦਿੱਤੀ ਆ। ਚੱਕੋ ਚੈੱਕ ਕਰੋ ਮਿੱਤਰ ਕਿਵੇਂ ਲੱਗਦੀ ਆ, ਟੈਂਕੀ ਭਰ ਚੁੱਕੀ ਸਾਵਧਾਨ। ਬੀਬੀ ਕੀ ਕਹਿੰਦੀ ਪਈ ਆ, ਇਹ ਕੀ ਕਹਿੰਦੀ ਆ, ਇਹ ਹੈ ਫਿਰ ਕੀ ਭਰ ਗਈ ਤੇ ਨਹੀਂ ਬੰਦ ਕਰਨੀ, ਆਪਾਂ ਮੋਟਰ ਧੋ ਰਹੇ ਆ, ਗੱਡੀ ਧੋ ਰਹੇ ਆ, ਠੀਕ ਆ। ਕਿਵੇਂ ਬਿੱਲ ਆਉਣਾ ਤੇ ਉਹ ਚੈੱਕ ਕਰ, ਕਿਹੜਾ ਬਿੱਲ ਆਉਣਾ, ਮੀਟਰ ਦਾ, ਮੀਟਰ ਦਾ। ਫਿਰ ਕੀ ਬਿੱਲ ਆਜੂਗਾ, ਕੀ ਹੋਜੂ, ਥੋੜਾ ਕੀ ਆ, ਸਰਕਾਰ ਨੇ ਸੌਖੇ ਪਏ ਬਿੱਲ ਨਹੀਂ। ਆਜਾ ਹੁਣ ਜਾਣਾ ਤੇ ਕਿੱਥੇ ਆ, ਬੀਬੀਆਂ ਨੂੰ ਕੱਢਣਾ ਬਹੁਤ ਔਖਾ, ਦੱਸੀ ਬਹੁਤ ਔਖਾ, ਮਨ ਕੀ ਲਿਸ਼ਕਾਰੇ ਮਿਸ਼ਕਾਰੇ ਪਿਸ਼ਕਾਰੇ ਲਾਉਣ ਲੱਗ ਪੈਂਦੇ, ਬਹੁਤ ਔਖਾ, ਕਦੋਂ ਦੀ ਤਿਆਰ ਹੋਣ ਦੀ ਹੈ, ਅਜੇ ਤਿਆਰ ਨਹੀਂ ਹੋਈ। ਕੀ ਲਿਸ਼ਕਾਰੇ ਮਿਸ਼ਕਾਰੇ ਲਾਉਂਦੇ ਆ ਦੱਸੋ, ਕਦੋਂ ਦੀ ਤਿਆਰ ਹੋਈ ਜਾਂਦੀ ਵਾਸੀਆਂ ਦੇ, ਕਦੀ ਆਹ ਚੀਜ਼ ਲੈਣ ਅੰਦਰ ਤੁਰ ਜਾ, ਕਦੀ ਉਹ ਚੀਜ਼ ਲੈਣ ਅੰਦਰ ਤੁਰ ਜਾ। ਬੀਬੀ ਤੂੰ ਵੀ ਨਾ ਟਾਈਮ ਲਾਉਂਦੀ ਤਿਆਰ ਹੋਣ ਲੱਗੇ, ਨਾ ਆਪਾਂ ਨੂੰ ਟਾਈਮ ਲਾਉਂਦੇ, ਆਪਾਂ ਛੇਤੀ ਤਿਆਰ ਹੋ ਜਾਂਦੇ ਹਾਂ। ਮੈਂ ਰੱਖੜੀਆਂ ਬਣਾਉਣ ਨਾ ਆਉਣਾ ਚਾਹੀਦਾ ਆਪਾਂ, ਕਿਵੇਂ ਚੱਲੇ, ਆਪਣੇ ਕਿਤੋਂ ਸੂਟ ਨਵੇਂ ਮਨ ਸਮੁੰਨੇ ਪਾਉਣੇ ਹੁੰਦੇ ਆ, ਲੈ ਆ ਫਿਰ ਨਵਾਂ ਸੂਟ ਆ, ਮਨ ਨਾ ਮਨ ਹੈ ਨਵਾਂ ਸਵਾਇਆ, ਨਵਾਂ ਨਾ ਵੇ ਨੂੰ ਪਾ, ਨਹੀਂ ਰੱਖੜੀਆਂ ਮੈਨੂੰ ਦੋ ਹੁੰਦੇ ਹੁੰਦੇ ਆ, ਰੱਖੜੀਆਂ ਮੈਨੂੰ ਉਹਨਾਂ ਨੇ ਆਉਣਾ ਹੁੰਦਾ, ਭਰਾਵਾਂ ਨੇ ਭੈਣਾਂ ਨੇ, ਮੈਂ ਰਿਸ਼ਤੇ ਦੀ ਦੱਸ ਪਹਿਲਾਂ ਕੀ ਆ, ਸਾਰੀ ਚੰਗੀ ਰਿਸ਼ਤੇ ਦੀ ਦੱਸ, ਲਾੜੀ ਰਿਸ਼ਤੇ ਦੀ ਬਹੁਤ ਜ਼ਿਆਦਾ ਪਿਆਰ ਸਾਡਾ ਇਹਨਾਂ ਨਾਲ, ਆਸਟ੍ਰੇਲੀਆ ਚ ਰੱਖੜੀਆਂ ਹੈਗੀਆਂ ਸਾਡੀਆਂ, ਉੱਥੇ ਚੱਲੇ ਰੱਖੜੀਆਂ ਬਣਾਉਣ, ਇਹ ਸਾਡੀ ਰਿਸ਼ਤੇ ਦੀ ਪਿਆਰ ਬਹੁਤ ਜ਼ਿਆਦਾ, ਇੱਥੇ ਆਉਣ ਜਾਣਾ ਸਾਡਾ ਬਹੁਤ ਬਣਿਆ ਹੋਇਆ ਵਾ, ਸੋ ਤਾਂ ਸਾਨੂੰ ਜਾਣਾ ਪੈਣਾ ਹੀ, ਇੱਥੇ ਅਸੀਂ ਰਹਿ ਸਕਦੇ ਨੀਗੇ, ਹੋਰ ਰਿਸ਼ਤੇਦਾਰੀ ਬੰਦਾ ਰਹਿ ਸਕਦਾ, ਇੱਥੇ ਨਹੀਂ ਰਹਿ ਸਕਦੇ ਅਸੀਂ, ਲਓ ਵੇ ਮਿੱਤਰੋ ਬਾਕੀ ਮਿਲਦੇ ਆ ਤੁਹਾਨੂੰ ਸਿੱਧਾ, ਨੇੜੇ ਜਾਣਾ ਮੋਗੀ, ਉਹ ਗੱਡੀ ਪੈ ਉਹਦਾ ਅੱਗੇ ਬਹਿਣਗੇ ਨਾ ਪਿੱਛੇ, ਇਹਨੇ ਅੱਗੇ ਬਹੂਗਾ, ਉਹ ਵੇਖਾਂ ਉਹ ਤਾਂ ਵਿੱਚ ਬਹੀ ਜਾਂਦਾ ਹੀ ਜਾਂਦੇ, ਇਹ ਮਕੈਨਿਕ ਕਰ ਰਹੇ ਹੋਣਾ ਡੈਡੀ, ਪਿਓ ਪੁੱਤ ਮਕੈਨਿਕ ਕਰ ਰਹੇ, ਡੈਡੀ ਨੇ ਛੱਡ ਜਾਣਾ ਹੈ, ਇਹਨੇ ਮੱਝਾਂ ਚੋਣੀਆਂ ਮਗਰ, ਮੱਝਾਂ ਵਾਲਾ ਜਾਬ ਵੀ ਹੁੰਦਾ ਪੈਸੇ ਨੇ, ਇੱਕ ਦਾ ਨਾ ਜਾਬ ਹੁੰਦਾ, ਦੁੱਧ ਘਿਓ ਖੰਡ ਫਰਵਰੀ ਦਾ ਬੂਟਾ ਲਿਆ ਤੇ ਲੱਗਿਆ, ਜੋ ਮਰਜੀ ਹੋਏ ਸਟੋਰੀ ਸੁੱਟਣੀ ਆ, ਛੋਟ ਛੋਟ ਸਟੋਰੀ ਕੋਈ ਨਾ, ਤੇਰੇ ਵਾਲੇ ਵਹਿਣਾ ਪਿਆ,
ਰੱਖੜੀ ਦਾ ਦਿਨ ਕਰਮਾਣਾ ਆਇਆ ਮੈਨੂੰ ਬਿਠਾਇਆ ਉੱਪਰ ਮੇਰੇ ਭਾਗ ਖੁੱਲੇ ਕਿਤੇ ਫਿਰ ਚੱਲਾਂ ਪਰ ਡਾਕਟਰ ਭਾਗ ਦਾ ਮੈਨੂੰ ਆਇਆ ਸੀ ਮੈਂ ਜੋ ਸੋਚਿਆ ਹੁੰਦਾ ਹੀ ਨਹੀਂ ਮੈਂ ਕਿਹਾ ਚੱਲ ਉੱਦਾਂ 22 ਤਰੀਕ ਨੂੰ ਦਵਾਈ ਲੈਣ ਜਾਣੀ ਆ ਬਹੁਤ ਜ਼ਰੂਰੀ ਆ ਚੀਜ਼ ਚੈੱਕ ਕਰੋ ਇਹ ਚੀਜ਼ ਬਹੁਤ ਜ਼ਰੂਰੀ ਲੈ ਲੈ ਸਟੋਰੀ ਸਨੈਪਚੈਟ ਰਹਿ ਜਾ ਪਿੱਛੇ ਕਿਤੇ ਚਲੋ ਚਲੋ ਵੀ ਓਕੇ ਬਾਏ ਰਾਖੀ ਧਿਆਨ ਰੱਖਣੀ ਘਰ ਦੀ ਕੋਈ ਹੀਰੇ ਉਰੇ ਆਪਣੇ ਇੰਨੇ ਮਹਿੰਗੇ ਕੋਈ ਨੂਰ ਹੀਰੇ ਆਪਣੇ ਕੋਲ ਰਹਿ ਗਿਆ ਸੀਗਾ ਤੇ ਧਿਆਨ ਰੱਖਣਾ ਉਹਦਾ ਠੀਕ ਆ ਨਹੀਂ ਨਾਲ ਨਹੀਂ ਲੈ ਕੇ ਜਾਣਾ ਹੈਗਾ ਮੁੱਕ ਦੀ ਗੱਲ ਮੈਂ ਕੋਈ ਨੂਰ ਹੀਰਾ ਮੈਂ ਨਾਲ ਹੀ ਚੱਲਾਂ ਚੱਲ ਡੈਡੀ ਗੱਲ ਸਹੀ ਹੈ ਵੈਸੇ ਬੀਬੀ ਧਿਆਨ ਪੂਰਾ ਰੱਖਣਾ ਅੱਗੇ ਨਹੀਂ ਉੱਥੇ ਤੁਰ ਕੇ ਚੱਲ ਜਾ ਹੋਰ ਮਾੜੀ ਮੋਟੀ ਕਸਰਤ ਕਰੋ ਉਦੋਂ ਪੰਗੇ ਲੈਣ ਹਟ ਰਹੇ ਨਹੀਂ ਐਕਸੀਡੈਂਟ ਹੋਣਾ ਉਦੋਂ ਆਪਣੇ ਕੋਈ ਨੂਰ ਹੀਰੇ ਦਾ ਅੰਦਰ ਸੋਨਾ ਸਾਨਾ ਜਿਹੜਾ ਪਿਆ ਹੋਇਆ ਆਪਣਾ ਤੇਰਾ ਕੋਈ ਨੂਰ ਆ ਵਾ ਚਲੋ ਬਈ ਅੱਗੇ ਉੱਥੇ ਆਇਆ ਭਰਾ ਤੁਰ ਕੇ ਭਰਾ ਲਓ ਬਈ ਮਿੱਤਰੋ ਪਤਾ ਨਹੀਂ ਕਿੱਥੋਂ ਵੰਨ ਸੁਣਨੇ ਪਰਸ ਲੈਣੇ ਹੁੰਦੇ ਇਹਨਾਂ ਨੇ ਜਦੋਂ ਦਾ ਮੇਰਾ ਐਕਸੀਡੈਂਟ ਹੋਇਆ ਉਦੋਂ ਦੀ ਘੜੀ ਵੀ ਉੱਥੇ ਘੜੀ ਵੀ ਮੇਰੀ ਉੱਥੇ ਹੀ ਪਈ ਆ ਪਿੱਛੇ ਤੂੰ ਲੰਘੇ ਤੂੰ ਲੰਘਣ ਲੱਗਾ ਐਕਸੀਡੈਂਟ ਸਾਡੀ ਘੜੀ ਵੀ ਇਹਦੀ ਮਾਮਿਆਂ ਘਰੇ ਪਈ ਹੋਈ ਉਹ ਵੀ ਲੈ ਕੇ ਆਉਣੀ ਮਾਮਿਆਂ ਘਰੇ ਘੜੀ ਵੀ ਜੋ ਐਕਸੀਡੈਂਟ ਮੈਨੂੰ ਚੇਤੇ ਆ ਮਾਮੇ ਦੇ ਮੁੰਡੇ ਨੂੰ ਮੈਂ ਘੜੀ ਲਾ ਕੇ ਫੜਾਈ ਆ ਆਪ ਸਾਰ ਦੇ ਲੈਂਦੇ ਮੈਨੂੰ ਫੜ ਜਾਂਦੇ ਘਰੇ ਕਿਵੇਂ ਆਪ ਸਾਰ ਦੇ ਘਰੇ ਘੜ ਜਾਂਦੇ ਆ ਹਾਰ ਤੇ ਉਡਾ ਲੈਣਾ ਔਰ ਕੱਤੇ ਉਡਾ ਲੈ ਬਹਿ ਜਾ ਤੂੰ ਵੀ ਨਾਲ ਹੀ ਆ ਜਾ ਚੜਿਆ ਨਹੀਂ ਆਂਦਾ ਆ ਵੇਖ ਵੇਖ ਕਿੰਨੂੰ ਪੁੱਛ ਕੇ ਲਾਇਆ ਏ ਹੈ ਇਹ ਲੋੜ ਹੀ ਨਹੀਂ ਇਹ ਨਹੀਂ ਹੋਇਆ ਨਾ ਥੋੜੀ ਥੋੜੀ ਫਿਸ ਫਿਸ ਕਰਨੀ ਲੈ ਲੈ ਫਿਸ ਫਿਸ ਮੰਮੀ ਤੇਰੇ ਲਾਉਣ ਵਾਲਾ ਨਹੀਂ ਇਹ ਮੁੰਡੇ ਵਾਲਾ ਮਿੱਤਰੋ ਮਿਲਦੇ ਆ ਫਿਰ ਸ਼ੂਗਰ ਸ਼ਲਟ ਬਦਲੀ ਆ ਫੇਰ ਹਰੀ ਪਾਲੀ ਲੈ ਤੇਲ ਹੈਗਾ ਹੋਊਗਾ ਹੈ ਨਹੀਂ ਘਰੋਂ ਹੀ ਪਾਇਆ ਕੱਲ ਕੱਲ ਇਹਨੇ ਘਰੋਂ ਪਾਇਆ ਇੰਨੀ ਚ ਤੇਲ ਤੇਲ ਨਹੀਂ ਪਾਇਆ ਘਰੋਂ ਸ਼ਹਿਰੋਂ ਪਾਇਆ ਇੰਨੀ ਪਾਇਆ ਭਰਾਓ ਡੈਡੀ ਹੀਟਰ ਨਾਲ ਇੱਕ ਮਾੜਾ ਲਾ ਕੇ ਫਿਰ ਸਟਾਰਟ ਕਰੀ ਫਿਰ ਗੇੜੀ ਲਾ ਆਈ ਰੱਖੜੀ ਡੈਡੀ ਗੇੜੀ ਜਾਣ ਨੀ ਜਾਂਦੇ ਕਦੇ ਗੱਲ ਸੁਣੋ ਇੱਧਰ ਪਹਿਲਾਂ
ਸਹੀ ਗੱਲ ਆ। ਓਕੇ ਬਾਏ ਮਿੱਤਰੋ, ਮਿਲਦੇ ਆ। ਮੈਟ ਆਫ ਹੈ ਡੈਡੀ, ਮੈਟ ਧੋਤੇ ਡੈਕਣਾ ਚਲਾਣੀ ਚਲਾਣ ਆਉਣਾ ਉੱਥੇ ਸਰਕਾਰੀ ਨੰਬਰ ਲੇਟਾਂ ਐ ਨੀ ਰੋਕਦੇ, ਕੋਈ ਚੱਕਰ ਨੰਬਰ ਲੇਟਾਂ ਦਾ ਕੋਈ ਚਲਾਣੀ ਪਾਸਿੰਗ ਆਪਣੀ ਜੀਬ ਦੀ। ਆਰਸੀ ਕਿੱਥੇ ਆ? ਆਰਸੀ ਮੇਰੇ ਫੋਨ ਚ ਭੇਜ ਦੂੰਗਾ ਮੈਂ। ਡੈਕ ਦੀ ਕੋਈ ਜ਼ਿੰਮੇਵਾਰੀ ਨੀ ਮੇਰੀ, ਮੈਂ ਚੰਡੀਗੜ੍ਹ ਜਾਣਾ, ਭੇਜ ਦੀ। ਚੰਡੀਗੜ੍ਹ ਲਾਇਆ ਗੇੜੀ ਲਾਇਆ ਜਾਂ ਸਰਕਾਰੀ ਨੰਬਰ ਲੇਟਾਂ, ਕੋਈ ਚੱਕਰ ਨੀ। ਓਕੇ, ਬਨਾਨਾਸ ਲੈ ਕੇ ਜਾਣਾ, ਬਨਾਨਾਸ ਫਰੂਟ ਲਿਆਣੇ ਜ਼ਰੂਰੀ ਹੁੰਦੇ ਆ? ਫਰੂਟ ਵੀ ਜ਼ਰੂਰੀ ਆ, ਡੱਬਾ ਵੀ ਜ਼ਰੂਰੀ ਆ। ਲਓ ਜੀ ਫਰੂਟ ਵੀ ਲੈ ਕੇ ਜਾਣਾ, ਡੱਬਾ ਡੱਬਾ ਲਓ ਨਾਲ, ਹੁੰਦਾ ਨਾਲੇ ਕਿਹਦੇ ਲਓ? ਉਹਨਾਂ ਲਓ, ਭੈਣ ਲਓ। ਹਾਂ ਤੁਸੀਂ ਮੈਂ ਵੇਖੂਗੀ, ਤੁਸੀਂ ਲੈ ਕੇ ਆ ਜਾਣ। ਡੱਬਾ ਆਪਾਂ ਲੈ ਕੇ ਜਾਣਾ ਪੈਣਾ, ਲੈ ਕੇ ਜਾਓਗੇ? ਇਹ ਬਾਹਰੋਂ ਰੱਖਣੀ ਆਈਆਂ। ਡੱਬਾ ਆਪਾਂ ਲੈ ਕੇ ਜਾਣਾ? ਅੱਛਾ ਡੱਬਾ ਵੀ ਹੈ, ਆਪਾਂ ਲੈ ਜਾਣਾ। ਚਲੋ ਇਹ ਵੀ ਹੁੰਦਾ। ਲਓ ਮਿੱਤਰੋ, ਕਹਿੰਦੇ ਪਹੁੰਚ ਚੁੱਕੇ ਦਸਾਂਝ ਰੋਡ ਤੇ, ਆਉਂਦੇ ਦਸਾਂਝ ਰੋਡ, ਕਿਹਨੂੰ ਕਿਹਨੂੰ ਪਤਾ ਤੇ ਸਾਹਮਣੇ ਆ ਗਿਆ ਬਿੱਗ ਬੈਨ। ਲਓ ਵੀ ਮਿੱਤਰੋ ਆ ਚੁੱਕੇ, ਬਾਜਵਾ ਹਵਾ ਹੋਵੇ। ਕਹਿੰਦੀ ਬੂਈ ਆ ਗਈ, ਬੂਈ ਆ ਗਈ, ਪੱਕਾ ਕਹਿੰਦੀ ਹੋਣੀ। ਜਾ ਕੇ ਹਸਰ ਕਿੱਧਰ ਗਈ? ਲਓ ਮਿੱਤਰੋ ਪਹੁੰਚ ਚੁੱਕੇ ਆ, ਗਲੀਆਂ ਬਹੁਤ ਪੀਣੀਆਂ ਇਹਨਾਂ ਦੀਆਂ ਨਾ। ਸਾਈਕਲ ਚੱਕਿਆ ਚੱਲਾ ਜੀ, ਹੁਣ ਪਰਾਂ ਨੀ ਕਰਤਾ, ਚੱਲ ਵਿਚਾਰਾ ਫਸ ਗਿਆ। ਲਓ ਜੀ ਲਾਓ ਮਰੀਜ਼ ਆਪਣਾ, ਲਾਓ ਲੈ ਕੇ ਜਾਓ ਮਰੀਜ਼ ਨੂੰ। ਚੱਲ ਮੰਮੀ ਪਰਾਂ ਜੀ, ਫਾਈਵ ਡੋਰ ਆ ਗਈ, ਇਹ ਮੈਂ ਲੈਣਾ ਸਮਾਨ। ਚੱਲ ਬਾਹਰ ਨਿਕਲ, ਮੈਂ ਫੜਾ ਦੇਣਾ। ਲਓ ਜੀ ਫਾਈਵ ਡੋਰ ਤਾਂ ਹੀ ਲੈਣੀ ਪੈਣੀ ਮੈਨੂੰ ਲੱਗਦਾ, ਹੁਣ ਬਹੁਤ ਔਖਾ ਮੰਮੀ ਨੂੰ। ਕੱਪੜੇ ਬਾਅਦ ਲੈ ਜਾਂਗੇ ਯਾਰ। ਚਲੋ ਜੀ ਜਾ ਦੇ, ਸ਼ੋ ਫੱਟ ਜਾ, ਆ ਦੇ ਸ਼ੂਜ਼ ਸਵੇਰੇ ਕੱਢ ਲਈ। ਠੀਕ ਆ, ਬਾਬਾ ਇੰਨੀ ਕਾਲੀ ਵਿੱਚ ਪਿੱਛੇ ਨਹੀਂ ਜਾਂਦੇ, ਦਿੱਕੀ ਜਾਂਦੇ। ਹਾਂ ਮੋਟੇ। ਹੈਲੋ। ਹਾਂ ਹਾਂ ਕਿਵੇਂ? ਵਧੀਆ, ਤੂੰ ਦੱਸ? ਸਾਰੀ ਕਿੱਥੇ? ਮੈਂ ਮੋਕੇ ਆਇਆ। ਕਿਵੇਂ? ਮੋਕੇ ਰੱਖਣੀਆਂ ਬਣਾਉਣ ਆਈ ਸੀ ਯਾਰ, ਉਹ ਭੈਣ ਨੇ ਭੇਜੇ ਬਾਹਰ ਉਹਨਾਂ ਨੇ। ਅੱਜ ਆਪਣਾ ਵਲੌਗ ਵੇਖ ਲਈ, ਠੀਕ ਆ? ਤੂੰ ਵੇਖ ਜਿੰਦੀ ਵਲੌਗ ਹੈਂ? ਹੈਲੋ ਕਰਦੇ ਕਿ ਹੈਲੋ ਵਲੌਗ ਵਾਲਿਓ, ਹੈਲੋ ਕਰਦੇ ਹਸਰਤ, ਹੈਲੋ ਇੱਧਰ ਵੇਖ ਕੇ ਕਰ, ਹੈਲੋ ਵਲੌਗ ਫੈਮਿਲੀ ਐ ਕਹਿ ਦੇ, ਕਹਿ ਦੇ ਹੈਲੋ ਵਲੌਗ ਫੈਮਿਲੀ। ਵੰਸ਼ ਕਹੋ, ਵੰਸ਼ ਤੂੰ ਕਹਿ। ਹੈਲੋ ਵਲੌਗ ਫੈਮਿਲੀ। ਹਾਂ ਇਹ ਸਾਡਾ ਕ੍ਰਿਕਟਰ, ਪੂਰੀ ਨੌਲੇਜ ਹੈ ਕ੍ਰਿਕਟਰ ਦੀ ਤੈਨੂੰ ਫਿਰ। ਹੈ ਆ ਕਹਿੰਦੀ ਆ ਹੁਣ ਆਲੇ ਟੀਵੀ 'ਚ ਵਹਿੰਦੀ ਹੁੰਦੀ ਆ? ਕਿੱਥੇ ਵਹਿੰਦੀ ਆ ਸਰ ਤੇ ਵਲੌਗ? ਅੰਦਰ ਵਾਲੇ 'ਚ ਵੀ ਚੱਲਦਾ ਨਾ, ਤਾਂ ਅੰਦਰ ਵਾਲੇ 'ਚ ਵੀ ਦੇਖ ਲੈਂਦੀ ਆ, ਪਰ ਜ਼ਿਆਦਾਤਰ ਇੱਥੇ ਦੇਖਦੀ ਆ। ਠੀਕ ਹੈ ਸਰ, ਇਹਨੂੰ ਪਤਾ ਹੁੰਦਾ ਵਲੌਗਾਂ ਦਾ? ਹਾਂ ਸਾਰਾ ਪਤਾ ਹੈ ਤੂੰ? ਚਲੋ ਜੀ ਬੰਨੋ ਰੱਖੜੀ, ਦੋ ਰੱਖਣੇ ਪਹਿਲਾਂ ਬਣਾਈ ਫਿਰਦਾ ਹੈ। ਮੈਂ ਕਦੇ ਮੈਂ ਚੇਤਾ ਹੋ ਜਾਣਾ ਲੱਗੀ ਹੋਈ ਚਲੋ ਜੀ।
ਹੁਣ ਆ ਸਹੀ ਹੈ ਇਹਨੇ ਨਹੀਂ ਸਹੀ ਰੱਖਿਆ ਕੈਮਰਾ ਮੈਂ ਵਲੌਗ ਬਣਾ ਰਿਹਾ ਵਲੌਗ ਦੱਸ ਰਿਹਾ ਭੈਣ ਬਾਹਰ ਆ ਤੇ ਰੱਖ ਗਿਆ ਇੱਥੇ ਆਈ ਆ ਤੇ ਹੱਥ ਲਵਾ ਦੋ ਰੱਖੜੀ ਨੂੰ ਉਧਰੋਂ ਹੱਥ ਲਾ ਦੂੰ ਰੱਖੜੀ ਨੂੰ ਹੁਣ ਬੰਦ ਹੀ ਗੰਢ ਨੀ ਨਾ ਬੰਨਣੀ ਆਉਂਦੀ ਹਜੇ ਮੇਰੇ ਲਈ ਤਾਂ ਇੰਨਾ ਵੀ ਨਹੀਂ ਕਨਫਿਊਜ਼ ਹੋਈ ਪਈ ਆ ਸੱਚ ਇਹਨੂੰ ਗਾਣਾ ਆ ਵੀ ਇਹ ਬਹੁਤ ਸਾਰਾ ਹੁੰਦਾ ਇਹਨੂੰ ਕਿਹੜਾ ਕਰਨਾ ਅਗਲੇ ਦਾ ਆ ਚੁੰਨੀ ਬਈ ਨਹੀਂ ਮੇਰੇ ਤੋਂ ਕਾਹਦੇ ਡਰਨਾ ਜਵਾਕ ਮੈਂ ਤਾਂ ਸਾਰੇ ਡਰਦੇ ਉਹਨਾਂ ਦਾ ਜਵਾਕ ਨਹੀਂ ਮੈਂ ਡਰਦਾ ਮੈਨੂੰ ਬਹੁਤ ਡਰ ਲੱਗਦਾ ਮੇਰੇ ਤਾਂ ਮੋਟਰਸਾਈਕਲ ਤੋਂ ਲੱਗਦਾ ਸਭ ਤੋਂ ਜ਼ਿਆਦਾ ਡਰਦਾ ਹੋਰ ਦੀਦੀ ਸਕੂਟਰੀ ਭਾਂਤੀ ਕੇ ਨਿੱਕਾ ਜਿਹਾ ਹੁੰਦਾ ਸੀ ਪਤਾ ਨਹੀਂ ਉਹ ਨਾ ਉਦੋਂ ਬਾਬਾ ਟਾਈਮ ਦੀ ਗੱਲ ਹੈ ਮੈਂ ਨਾ ਉਦੋਂ ਮੈਂ ਛੋਟਾ ਹੈਗੀ ਨਾ ਉਦੋਂ ਸਕੂਟਰੀਆਂ ਨਾ ਦੂਜੀ ਹੁੰਦੀ ਆਪਣੇ ਕੋਲ ਉਦੋਂ ਐਕਟਿਵਾ ਜਾਂ ਆ ਨਹੀਂ ਸੀ ਉਹ ਹਾਂ ਉਦੋਂ ਕਿੱਕ ਜੀ ਤੇ ਪਤਾ ਨਹੀਂ ਉਹਦੀ ਖਰਾਬ ਪਤਾ ਨਹੀਂ ਕੀ ਹੈ ਕਿੱਕ ਤੇ ਸਟਾਰਟ ਸੀ ਹਨਾ ਤੇ ਮੈਨੂੰ ਨਹੀਂ ਪਤਾ ਹੁੰਦਾ ਕਿ ਇਹਦੀ ਗੇਅਰਾਂ ਤੋਂ ਬਿਨਾਂ ਹੁੰਦੀ ਜਿਵੇਂ ਮੋਟਰਸਾਈਕਲ ਦਾ ਅਸੀਂ ਫੋਟੋ ਲਵਾ ਲਈ ਸਾਡੇ ਭੈਣ ਭਰਾ ਸਾਨੂੰ ਛੱਡ ਦਿੱਤੇ ਤੋਂ ਬੜੇ ਚੱਲੋ ਜੀ ਬੰਨੋ ਰੱਖੜੀ ਬਾਹੋ ਬਾਹੋ ਇੰਨੀ ਵਾਸੀ ਲੈਣੀ ਚਲੋ ਜੀ ਇਹ ਆ ਚੱਕ ਅੱਜ ਵੀ ਸ਼ੂਗਰ ਦਾ ਵੀ ਚੱਕਰ ਲਿਆ ਸ਼ੂਗਰ ਵਾਲਾ ਨਾਲੇ ਮੂੰਹ ਮਿਟਾਪ ਨਹੀਂ ਕਰਾਈਦਾ ਹੁੰਦਾ ਮਾਮਾ ਚੱਲ ਚੱਲਣ ਦਿਆ ਜੀ ਕੀਤਾ ਮਿੱਠਾ ਖਾਣ ਦਾ ਬਹਾਨਾ ਮਿਲ ਗਿਆ ਫੋਟੋ ਵਲੌਗ ਬਣ ਗਿਆ ਫੋਟੋ ਦੀ ਗੱਲ ਕੀ ਕਰਦੀ ਤਾਂ ਹੀ ਉਹ ਮੂੰਹ ਬਣਾਈ ਫਿਰਦੀ ਆ ਤਾਂ ਹੀ ਗੁੱਸੇ ਆ ਲੈ ਲਾ ਥੈਂਕ ਯੂ ਇਹ ਵਾਪਸ ਵੀ ਜੇਬ ਚ ਪਾ ਲੈਂਦਾ ਹੁੰਦਾ ਇਹ ਨਹੀਂ ਕਹਿੰਦਾ ਨਹੀਂ ਇੱਕ ਨਹੀਂ ਮੇਰੇ ਵਾਪਸ ਲੈ ਲੈਂਦਾ ਹੁੰਦਾ
ਮਾਤਾ ਨੂੰ ਲੈ ਕੇ ਚੰਡੀਗੜ੍ਹ ਵੀ ਗਏ ਸੀ ਸਾਰੇ ਘੁੰਮ ਰਹੇ ਸਾਰੇ ਵਾਜਾ ਆਈਦਾ ਵਾ ਅੱਛਾ ਜੀ ਮੁੰਡੇ ਨੂੰ ਕੋ ਕਰਾਉਣਾ ਡਿਨਰ ਇੱਥੇ ਹੋਰ ਬਾਈ ਵਧੀਆ ਇਹ ਨਾ ਔਖਾ ਇਹਦਾ ਜ਼ਿਆਦਾ ਵੇ ਅੱਛਾ ਪੌੜੀਆਂ ਤਾਂ ਚੜਾਉਣਾ ਪੈਣਾ ਇਹਨੂੰ ਹੈ ਨਹੀਂ ਭਰਾਵਾ ਫਿਰ ਤੇ ਨਾ ਔਖਾ ਹੁੰਦਾ ਬਸ ਅੱਜ ਆ ਆਈ ਕਿੱਥੇ ਹੋਰ ਨਹੀਂ ਇਕੱਠੇ ਹੀ ਹੁੰਦੇ ਮੈਂ ਵੇਖੇ ਲੱਗ ਨਹੀਂ ਹੋਏ ਕਿਤੇ ਵੀਡੀਓ ਚ ਵੇਣਾ ਤੁਹਾਨੂੰ ਲੱਗ ਜਾਵਾ ਹੀ ਨਹੀਂ ਲਾਈਕ ਸ਼ੇਅਰ ਕਮੈਂਟ ਕਰ ਦਿੰਦੇ ਹਾਂਜੀ ਹਾਂਜੀ ਸ਼ੇਅਰ ਵੀ ਹਾਂਜੀ ਹਾਂਜੀ ਪੂਰੇ ਵੀਡੀਓ ਤਾਂ ਪੂਰੀ ਵੇਖੀ ਦੀ ਬਸ ਐ ਰੌਣਕਾਂ ਲਾਈ ਰੱਖੀ ਦੀਆਂ ਉਹ ਚੰਡੀਗੜ੍ਹ ਜਦੋਂ ਗਏ ਸੀ ਮਾਤਾ ਨੂੰ ਲੈ ਕੇ ਤੂੰ ਹੀ ਨਾਲ ਸੀ ਘੁੰਮਣ ਗਏ ਸੀ ਉਦੋਂ ਵੀ ਵੀਡੀਓ ਸਾਰੀ ਵੇਖੀ ਸੀ ਮਾਤਾ ਦੀ ਅੱਛਾ ਵਧੀਆ ਖੁਸ਼ ਰਹੋ ਨਜ਼ਾਰੇ ਲਓ ਕੀ ਲੈ ਜਾਣਾ ਇੱਥੋਂ ਸਹੀ ਗੱਲ ਹੈ ਜੀ ਇੱਥੇ ਹੀ ਆ ਸਕਦੇ ਸਾਰਾ ਕੋਲ ਰਹਿ ਜਾਣਾ ਵੀਡੀਓ ਸੈਂਟਰ ਚ ਵੀਰੇ ਮੈਨੂੰ ਸਭ ਤੋਂ ਪੁਰਾਣੇ ਮੋਗੇ ਲਾ ਕਿੰਗਡਮ ਚ ਸਿੱਧੂ ਮੂਸੇਵਾਲਾ ਇੱਥੇ ਰੁਕਿਆ ਰਿਹਾ ਹਾਂ ਹੁਣ ਕੀ ਖਾਣਾ ਬਰਗਰ ਕਿੰਗ ਜੋ ਚਾਹੀਦਾ ਦੱਸ ਦਿਓ ਠੀਕ ਆ ਲਓ ਵੀ ਮਿੱਤਰੋ ਕਹਿੰਦੇ ਪਾਰਟੀ ਦਾ ਐਂਡ ਹੋਣ ਲੱਗਾ ਹੈਪੀ ਰਕਸ਼ਾ ਬੰਧਨ ਇੱਧਰ ਉੱਪਰ ਦੀ ਨੀਰੀ ਲਈ ਹੁੰਦੇ ਅਸੀਂ ਮੈਨੇਜਰ ਸੁੱਟ ਲਿਆ ਉੱਥੇ ਜਾ ਕੇ ਦੱਸ ਬਰਗਰ ਕਿੰਗ ਦੱਸੀ ਕੀ ਕਹਿੰਦਾ ਜੀ ਉਹ ਆਰਡਰ ਹੀ ਮਸਾਏ ਆ ਲੋਕ ਖੜੇ ਪੂਰਾ ਰਸ਼ ਉੱਥੇ ਤੇ ਆਪਣਾ ਦੱਸ ਆਪਾਂ ਤਾਂ ਐਨ ਨੇਰੀ ਪਹਿਲੀ ਚਾਹ ਆਰਡਰ ਆਪਣਾ ਉਹ ਸਭ ਤੋਂ ਪਹਿਲਾਂ ਸਾਡਾ ਆਰਡਰ ਆਇਆ ਇੱਕ ਬੰਦਾ ਮੈਂ ਅੱਗੇ ਦੀ ਗੱਲ ਦੱਸਣ ਲੱਗਾ ਸੀ ਅੱਗੇ ਉੱਥੇ ਬੈਠੇ ਗੱਲ ਕਰੀ ਜਾਵੇ ਇਹ ਖੇਡਦਾ ਕ੍ਰਿਕਟ ਆ ਮੈਂ ਮਤਲਬ ਕਿ ਖੇਡਣੀ ਇਹਨੇ ਕ੍ਰਿਕਟ ਆ ਸਾਰੀ ਉਮਰ ਵਲੌਗ ਫੁੱਟਬਾਲ ਦੇ ਵੇਖਦਾ ਰਹਿੰਦਾ ਨਹੀਂ ਗੱਲ ਮਾੜੀ ਹੈ ਤੇਰੀ ਫੁੱਟਬਾਲ ਨਹੀਂ ਵੇਖਣਾ ਕ੍ਰਿਕਟ ਤੇ ਇੱਕ ਕ੍ਰਿਕਟਰ ਇੱਕ ਸਨੋਰ ਬਾਲ ਬਸ ਲੈ ਆ ਉੱਪਰ ਦੀ ਨੇਰੀ ਭਰਾ ਉੱਥੇ ਹੀ ਹੋ ਗਏ ਗਰਮ ਜਾ ਕੇ ਮੈਨੂੰ ਪੁੱਛ ਵਾਵਾ ਟਾਈਮ ਉਹ ਫਿਰ ਵੀ ਭਰਾਵਾ 15-20 ਜਾਣੇ ਖੜੇ ਉੱਥੇ ਪਹਿਲੀਆਂ ਚ ਹੋ ਗਿਆ ਆਪਣਾ ਕੰਮ ਓਕੇ ਰਿਪੋਰਟ ਕਰ 10 ਮੰਚ ਨੂੰ 10 ਆਈ ਨੇਰੀ ਕਿਹੜਾ ਸਾਡਾ ਕੰਮ ਹੀ ਪਹਿਲਾਂ ਸੀ ਉਹ ਦੂਜੇ ਵੱਲ ਸਮਝੋ ਧਿਆਨ ਹੀ ਨਹੀਂ ਦਿੰਦੇ ਸੀ ਸਾਡੀ ਪਹਿਲੇ ਉਹ ਪੂਰੀ ਚੜਾਈ ਇਹ ਕਰਦੀ ਪੈਂਦੀ ਐ ਰੜਾਉਂਦੀ ਆ ਤੇਰਾ ਆਰਡਰ ਮੇਰਾ ਪੀਜ਼ਾ ਆਉਂਦਾ ਡੋਮੀ ਦਾ ਪੀਰੇ ਨੂੰ ਵੀ ਖਿਲਾ ਰਿਹਾ ਉਹਨਾਂ ਨੇ ਲੈ ਚ ਉਧਰ ਗਏ ਉਹਨੇ ਆਊਟਲੈਟ ਤੇ ਆਏ ਤੇ ਉਹ ਵੀਰਾ ਵੀ ਡੋਮੀ ਦਾ ਬੰਦ ਨਹੀਂ ਹੋ ਗਿਆ ਡੋਮੀ ਦਾ ਲਾਈਟਾਂ ਨੂੰ ਟਾਈਆਂ ਤਾਂ ਬੰਦ ਕਰੀ ਫਿਰ ਵੀਰੇ ਨੂੰ ਲੈ ਚ ਖਿਲਾ ਰਿਹਾ ਉਹਨਾਂ ਨੇ ਉਹ ਕੇਐਫਸੀ ਦੇ ਬੈਕ ਸਾਈਡ ਆ ਆਵੇ ਮਿੱਤਰੋ ਵਲੌਗ ਐਂਡ ਕਰਨ ਲੱਗੇ ਹੁਣ ਵਲੌਗ ਦਾ ਐਂਡ ਕਰ ਦੇਣੇ ਕਰਨਾ ਨਹੀਂ ਐਂਡ ਸਵੇਰੇ ਕਰਾਂਗੇ ਵੰਚ ਨੇ ਤਾਂ ਇੰਨੀ ਡੇਟ ਤੱਕ ਮੈਂ ਕਿਹਾ ਇਹਨਾਂ ਨਾ ਉਹਦਾ ਤਾਂ ਕਿਹੜਾ ਲਿਆਂਦਾ ਤੂੰ ਤੂੰ ਕੀ ਲਿਆਂਦਾ ਅੱਧ ਲਈ ਆਪਣਾ ਹੈਗਾ ਚੋਕਲਾ ਵਾ ਕੇਕ ਵਿਦ ਆਈਸਕ੍ਰੀਮ ਉਹ ਤਾਂ ਆਈਸਕ੍ਰੀਮ ਦਾ ਦੁੱਧ ਬਣ ਗਈ ਐਂਡ ਤੇ ਐਂ ਖਾਈਦਾ ਹੁੰਦਾ ਸਭ ਤੋਂ ਪਹਿਲਾਂ ਐਂਡ ਤੇ ਮਿੱਠਾ ਖਾਈਦਾ ਤੈਨੂੰ ਪੱਕੀ ਪਤਾ ਚਿਕਨ ਵਾਪਰ ਜਿਹੜਾ ਮੈਂ ਖਾਣਾ ਹੈ ਜਦ ਸੱਟ ਤੇਰਾ ਕੀ ਆ ਲਾਸਟ ਮੈਂ ਬਰਗਰ ਖਾਦਾ ਜਿੱਦਣ ਮੇਰੇ ਸੱਟ ਵੱਜੀ ਨਾ ਉਦ 10 ਮਿੰਟ ਬਾਅਦ ਮੇਰੀ ਸਿੱਧਾ ਮੈਂ ਤੇਰਾ ਕੀ ਆ ਮੇਰਾ ਪੀਜ਼ਾ ਉਹ ਤਾਂ ਇੱਕ ਗੱਲ ਸੁਣ ਲਓ ਦੋਵੇਂ ਹੁਣ ਦੋਵਾਂ ਨੇ ਇੱਧਰ ਗਾ ਇੱਥੋਂ ਇੱਧਰ ਪਿੱਛੇ ਰਹਿਣਾ ਤੁਸੀਂ ਡੀਲ ਲੈਣੀ ਮਿੱਠਾ ਭਰਾ ਇਹਨਾਂ ਨਹੀਂ ਖਾਦਾ ਸਾਡਾ ਬੰਦਾ ਗਿਆ ਇੱਕ ਮੁੜਿਆ ਹੀ ਨੀ ਹਜੇ ਗਰਮੀ ਚਿਕਨ ਮੁਰਗੀ ਦਾ ਮੁਰਗੀ ਦਾ ਨੀ ਦੂਜਾ ਬੀਫ ਆ
ਕੋਹਣੇ ਪਰ ਆ ਕੇ ਟੇਡੇ ਚੱਲਾ ਹੁਣ ਤਾਂ ਸਵੇਰੇ ਬਾਹਰ ਕੱਢ ਦੇਣਾ ਬਸ ਦੱਸੋ ਕਿ ਟੇਸਟ ਕਿਵੇਂ ਆ ਜਾਂ ਕਿਵੇਂ ਦਾ ਲੱਗਾ ਤੁਹਾਨੂੰ ਦੱਸੋ ਡਿਲੀਸ਼ੀਅਸ ਓਏ ਤਾਂ ਭੈਣ ਮੈਨੂੰ ਵੀ ਪਤਾ ਅੱਗੇ ਵੀ ਬੋਲ ਇੱਕ ਵਰਡ ਆ ਮਾਮਾ ਮੀ ਇਹ ਵੀ ਲੱਗਦਾ ਸਮਝ ਨਹੀਂ ਆਉਂਦੀ ਇਹ ਕੀ ਆ ਮੰਮੀ ਮੰਮੀ ਨੇ ਪੈਸੇ ਦਿੱਤੇ ਤੈਨੂੰ ਪਤਾ ਇਹਦਾ ਮਤਲਬ ਤੂੰ ਕਿੱਥੋਂ ਸਿੱਖਿਆ ਪੜ੍ਹਿਆ ਲਿਖਿਆ ਉਹ ਆਪਣੇ ਨਾਲ ਵੱਧ ਕਿੱਥੋਂ ਚੱਲ ਦੱਸ ਕਿੱਥੋਂ ਬੁੱਕ ਚ ਵਰਡ ਆਇਆ ਸੀ ਸਾਡੇ ਕੀ ਆ ਬੁੱਕ ਚ ਵਰਡ ਆਇਆ ਕੀ ਵਰਡ ਆ ਮਾਮਾ ਮੀ ਇਹਦਾ ਮਤਲਬ ਕੀ ਸੋ ਯਮੀ ਐਂਡ ਡਿਲੀਸ਼ੀਅਸ ਡਿਲੀਸ਼ੀਅਸ ਤੋਂ ਵੀ ਜ਼ਿਆਦਾ ਮੈਂ ਵੀ ਕਹਿ ਰਹਾ ਮੰਮੀ ਕੀ ਕਹਿ ਕਰ ਰਹਾ ਡੈਡੀ ਨੇ ਜਾ ਕੇ ਚੱਕੀ ਪੀ ਗਿਆ ਉਹ ਨਾ ਨਾ ਬੰਦਾ ਪੀਆ ਚੱਕਿਆ ਇੱਕ ਤਾਂ ਹੁੰਦਾ ਨਹੀਂ ਹੋਣਾ ਇਹ ਆ ਗਿਆ ਵੇ ਆ ਗਿਆ ਮੈਨੇ ਕੀ ਯਾਰ ਕਰ ਰਿਵਿਊ ਦਿੰਦੇ ਆ ਪੀਏ ਦਾ ਇੰਨਾ ਟਾਈਮ ਲਾਇਆ ਕਿਸੇ ਦਾ ਬਣ ਗਿਆ ਹੋਇਆ ਦੱਸਿਓ ਚੀਜ਼ ਖੁੱਲੀ ਸੜਤੀ ਹੁਣ ਮੰਮੀ ਹੁਣ ਕਹਿ ਕੀ ਕਹਿੰਦਾ ਜੀ ਕੋਈ ਪਾਪਾ ਨੀ ਖਾਣ ਪੀਣ ਚ ਕਹਿ ਕੀ ਕਹਿੰਦਾ ਜੀ ਇਹਦਾ ਮਤਲਬ ਕੀ ਲਓ ਜੀ ਸਾਡਾ ਸੋਹਣਾ ਕਾਕਾ ਤਿਆਰ ਹੋ ਗਿਆ ਕੱਲ ਸਿਰ ਪੀੜ ਹੁੰਦਾ ਜੀ ਕੱਲ ਕਾਕੇ ਦਾ ਕੱਲ ਸਿਰ ਦੁਖਦਾ ਸੀ ਨਾ ਹੁਣ ਠੀਕ ਆ ਚਲੋ ਜੀ ਹੁਣ ਛੁੱਟੀ ਹੋ ਗਈ ਨਾ ਸਕੂਲ ਤਾਂ ਕਰਕੇ ਲਓ ਜੀ ਫਿਰ ਰੱਖੜੀ ਬੰਨਣਗੇ ਹੁਣ ਇੱਕ ਚੋਕਲੇਟ ਮੇਰੀ ਇੱਕ ਤੇਰੀ ਠੀਕ ਆ ਪੱਕਾ ਚਲੋ ਜੀ ਲੈ ਜਾ ਬਰਫੀ ਵੀ ਆ ਗਈ ਹੁਣ ਲਓ ਆਇਆ ਬੰਸ਼ ਛੁੱਟੀ ਕਰ ਲਾ ਮੈਂ ਤਾਂ ਚਾਹ ਚਾਹੀਦਾ ਦਹੀਂ ਨੀ ਬਾਈ ਬਹੁਤ ਧਿਆਨ ਰੱਖਦਾ ਡਾਇਟ ਦਾ ਦਹੀਂ ਦੀ ਨਾ ਬਹੁਤ ਖਾ ਕੇ ਰੱਖਦਾ ਕਹਿੰਦਾ ਵਾਹ ਚੰਗਾ ਫਿਰ ਯਾਰ ਰੱਖੜੀਆਂ ਨਾ ਬਾਹ ਭਰੀ ਫਿਰਦਾ ਮਾਮਾ ਮੀ ਨੂੰ ਦੱਸ ਮਾਮਾ ਮੀ ਦਾ ਕੀ ਮਤਲਬ ਆ ਮਾਮਾ ਮੀ ਦਾ ਮਤਲਬ
ਕਿਆ ਮਨ ਹੈ ਪਤਾ ਹੀ ਕਿ ਮੰਮੀ ਨੂੰ ਪੁੱਛ ਲਿਆ ਮੀ ਜਾ ਓਕੇ ਬਾਏ ਲਵ ਯੂ ਬਾਏ ਮਿਲਦੇ ਹਾਂ ਛੇਤੀ ਤੈਨੂੰ ਕੈਨੇਡਾ ਦੀ ਧਰਤੀ ਤੇ।